ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਸਥਾਨਕ ਸ਼ੂਗਰ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੇ ਰਹਿੰਦੇ ਕਰੋੜਾਂ ਰੁਪਏ ਦੇ ਬਕਾਏ ਦੀ ਮੰਗ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਸੰਘਰਸ਼ ਕਮੇਟੀ ਵੱਲੋਂ ਮੁੜ ਤੋਂ ਸੰਘਰਸ਼ ਵਿੱਢਿਆ ਗਿਆ ਹੈ। ਖੰਡ ਮਿੱਲ ਪ੍ਰਬੰਧਕਾਂ ਵੱਲੋਂ ਬਕਾਇਆ ਅਦਾਇਗੀ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਵਾਰ ਵਾਰ ਤੋੜੇ ਜਾਣ ਤੋਂ ਨਾਰਾਜ਼ ਚਾਰ ਕਿਸਾਨ ਅੱਜ ਖੰਡ ਮਿੱਲ ਦੇ ਉੱਚੇ ਬਾਇਲਰ ਤੇ ਜਾ ਚੜੇ। ਇਸ ਦੌਰਾਨ ਬਾਕੀ ਕਿਸਾਨ ਵੀ ਮਿੱਲ ਦੇ ਗੇਟ ਅੱਗੇ ਅੰਦਰ ਧਰਨੇ ਤੇ ਡਟੇ ਰਹੇ। ਇਹ ਕਾਰਨ ਤਾਂ ਇਹ ਹੈ ਜੀ, ਮੈਨੇਜਮੈਂਟ ਵਾਅਦਿਆਂ ਤੋਂ ਵਾਰ ਵਾਰ ਮੁੱਕਰ ਰਹੀ ਹੈ। ਜੋ ਪਹਿਲਾ ਵਾਅਦਾ ਹੋਇਆ ਸੀ ਉਸ ਦਿਨ ਦਾ 21 ਤਰੀਕ ਤੱਕ ਲਾਸਟ ਪੇਮੈਂਟ ਸਾਰੀ ਪਾਉਣ ਦੀ ਇਹਨਾਂ ਨੇ ਕਰੀ ਸੀਗੀ, ਪਰ ਉਸ ਤੇ ਵਾਅਦੇ ਤੇ ਅੱਜ ਇਹ ਪੂਰ ਨਹੀਂ ਉਤਰੇ। ਸਗੋਂ ਇੱਕ ਨਵਾਂ ਕੰਮ ਤੋਰਤਾ ਇਹਨਾਂ ਨੇ 18 ਜ਼ਿਮੀਂਦਾਰਾਂ 'ਤੇ ਨਾ ਇੱਕ ਕੇਸ ਕੋਰਟ 'ਚ ਪਾਤਾ ਵੀ ਸਾਡੀ ਫੈਕਟਰੀ ਤੋਂ 500 ਗਜ਼ 'ਤੇ ਪਰਾਂ ਧਰਨਾ ਲੱਗੇ ਅਤੇ ਸਾਡੀ ਤੋੜ ਭੰਨ ਕਰਤੀ। ਇਹ ਨਿਰੇ ਝੂਠ ਬੋਲਣ ਲੱਗ ਗਏ। ਜਦੋਂ ਇਹ ਪੇਮੈਂਟ ਹੀ ਨਹੀਂ ਪਾਉਂਦੇ, ਇਹ ਫੈਕਟਰੀ ਤੋਂ ਭਜਾਉਣ ਨੂੰ ਕਰਦੇ ਨੇ, ਫਿਰ ਸਾਡੇ ਖੇਤਾਂ ਦੇ ਵਿੱਚ ਗੰਨਾ ਲੈਣ ਕਿਉਂ ਜਾਂਦੇ ਨੇ ਇਹ? ਅਤੇ ਅਸੀਂ ਜੇ ਸਾਡੀ ਪੇਮੈਂਟ ਸ਼ਾਮ ਸਵੇਰੇ ਨਾ ਪਾਈ ਤਾਂ ਅਸੀਂ ਇੱਦੋਂ ਵੀ ਵੱਡਾ ਅੰਦੋਲਨ ਕਰਾਂਗੇ। ਅੱਜ ਸਾਡੇ ਚਾਰ ਯੋਧੇ ਤੁਸੀਂ ਦੇਖਿਆ ਫੈਕਟਰੀ ਦੇ ਉੱਪਰ ਜਾ ਚੜ੍ਹੇ ਨੇ, ਅਤੇ ਅਸੀਂ ਸੰਘਰਸ਼ ਕੋਈ ਵੱਡਾ ਹੀ ਲਿਖਾਂਗੇ। ਤੋਂ ਬਾਅਦ ਕਾਰਨ ਤਾਂ ਜੀ ਦੁਬਾਰਾ ਬਸ ਇਹ ਮੁੱਕਰੀ ਜਾਂਦੇ ਨੇ, ਹੈ ਨਾ। ਸਾਨੂੰ ਮਤਲਬ ਇੱਕ ਵਾਰ ਫਿਰ ਇਹ ਵਿਸ਼ਵਾਸ 'ਚ ਅਸੀਂ ਇਹਨਾਂ ਦੇ 'ਚ ਆ ਜਾਂਦੇ ਹਾਂ, ਸਾਡੇ ਨਾਲ ਵਾਅਦਾ ਕਰ ਲੈਂਦੇ ਨੇ, ਉਹ ਤਾਂ ਇੱਕ ਦੋ ਦਿਨ ਇਹ ਪੇਮੈਂਟ ਪਾ ਕੇ ਫਿਰ ਬੰਦ ਕਰ ਲੈਂਦੇ ਨੇ। ਹੁਣ ਫਿਰ 4-5 ਦਿਨਾਂ ਤੋਂ ਇਹ ਬੰਦ ਆ, 21 ਤਰੀਕ ਤੋਂ ਪਹਿਲਾਂ ਇਹਨਾਂ ਨੇ ਪਾਉਣੀ ਸੀ, ਹੁਣ ਇਹਨਾਂ ਕੋਲ ਕੋਈ ਠੋਸ ਜਵਾਬ ਨਹੀਂ ਵੀ ਕਦੋਂ ਪਾਉਣਗੇ, ਕੀ ਕਰਨਗੇ। ਹੁਣ ਫਿਰ ਕੀ ਸਟੈਪ ਹੈ ਇਸ ਤੋਂ ਬਾਅਦ? ਸਟੈਪ ਤਾਂ ਆ ਬਾਈ ਜੀ, ਅਸੀਂ ਭੁੱਖ ਹੜਤਾਲ ਰੱਖ ਲਈ, ਬੈਠੇ ਹਾਂ ਉਰੇ, ਜਿੰਨਾ ਚਿਰ ਸਾਹ ਚੱਲਣਗੇ ਬੈਠਾਂਗੇ। ਬਾਕੀ ਅੱਗੇ ਹੁਣ ਮਤਲਬ ਇਹਨਾਂ ਨੂੰ ਪਤਾ ਵੀ ਕੀ ਬਣੂਗਾ ਕੀ ਹੋਣਾ, ਹੈ ਨਾ। ਹੁਣ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਆਉਂਗੇ ਜਾਂ ਨਾ? ਨਾ ਜੀ, ਜਮਾਂ ਹੀ ਨਹੀਂ। ਹੁਣ ਅਸੀਂ ਮਤਲਬ ਸਾਰੀ ਪੇਮੈਂਟ ਇੱਕ ਰੁਪਈਆ ਲੈ ਕੇ ਫਿਰ ਥੱਲੇ ਆਵਾਂਗੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।